ਭੋਰਾ ਸਾਹਿਬ ਦੇ ਵਿੱਚ ਕਿੰਨੇ ਵਾਰੀ ਤੁਸੀਂ ਕੀਤਾ ਦੋ ਜਣੇ? 10-20 ਵਾਰ ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਆ 2 ਵਾਰ ਜਾਏ ਕਿਹਦੀਆਂ ਕਿਹਦੀਆਂ? ਇਹ ਕਹਿੰਦਾ ਮੈਂ ਤੈਨੂੰ ਚੱਕ ਕੇ ਲੈ ਜਾਣਾ। ਕੌਣ ਕਹਿ ਰਿਹਾ? ਆ ਕੁੜੀ ਕੌਣ? ਚਲੋ ਵੀ ਮਦਦ ਕਰੋ ਗੁਰਦੁਆਰਾ ਚਰਨ ਘਾਟ ਸਾਹਿਬ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਤਾਂ ਹੁਣ ਹਵਾਲਾਤ ਦੇ ਵਿੱਚ ਬੈਠੇ ਉਹਨਾਂ ਦੇ ਐਕਸਕਲੂਸਿਵ ਸ਼ਾਟਸ ਸਾਹਮਣੇ ਆਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਜਗਰਾਉਂ ਦੀ ਅਖਾੜੇ ਵਾਲੀ ਨਹਿਰ ਦੇ ਕੋਲ ਬਣੇ ਗੁਰਦੁਆਰਾ ਚਰਨ ਘਾਟ ਸਾਹਿਬ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਨੂੰ ਪੁਲਿਸ ਨੇ ਉਸ ਸਮੇਂ ਕਾਬੂ ਕੀਤਾ ਜਦੋਂ ਪੁਲਿਸ ਦੇ ਕੋਲ ਇੱਕ ਲੜਕੀ ਨੇ ਸ਼ਿਕਾਇਤ ਕੀਤੀ ਕਿ ਬਾਬਾ ਬਲਜਿੰਦਰ ਸਿੰਘ ਨੇ ਉਸਦੇ ਨਾਲ ਬਲਾਤਕਾਰ ਕੀਤਾ। ਤਾਂ ਪੁਲਿਸ ਨੇ ਤੁਰੰਤ ਬਾਬੇ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਦੱਸ ਦਈਏ ਕਿ ਫਿਲਹਾਲ ਬਾਬਾ ਬਲਜਿੰਦਰ ਸਿੰਘ ਹੁਣ ਜਗਰਾਉਂ ਦੀ ਹਵਾਲਾ ਦੇ ਵਿੱਚ ਚੁੱਪਚਾਪ ਬੈਠਾ ਹੈ। ਤਾਂ ਹੁਣ ਸੋਸ਼ਲ ਮੀਡੀਆ ਤੇ ਬਾਬੇ ਦੀ ਉਸ ਕੁੜੀ ਦੇ ਨਾਲ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੁੜੀ ਦੇ ਨਾਲ ਇੱਕ ਹੋਰ ਬੰਦਾ ਵੀ ਸ਼ਾਮਿਲ ਹੈ। ਤਾਂ ਵਾਇਰਲ ਵੀਡੀਓ ਦੇ ਵਿੱਚ ਕੁੜੀ ਆਪਣੇ ਨਾਲ ਹੋਈ ਧੱਕੇਸ਼ਾਹੀ ਦੀ ਗੱਲ ਕਰ ਰਹੀ ਹੈ। ਤਾਂ ਬਾਬਾ ਇਸ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਇਸ ਮਾਮਲੇ ਤੇ ਜਦੋਂ SGPC ਨੂੰ ਪਤਾ ਲੱਗਿਆ ਤਾਂ ਉਹਨਾਂ ਤੁਰੰਤ ਇੱਕ ਟੀਮ ਗੁਰਦੁਆਰਾ ਸਾਹਿਬ ਭੇਜੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪੂਰੀ ਮਰਿਆਦਾ ਦੇ ਨਾਲ ਚੁਕਵਾ ਲਏ ਤੇ ਗੁਰਦੁਆਰਾ ਸਾਹਿਬ ਨੂੰ ਪੂਰੀ ਤਰ੍ਹਾਂ ਪੁਲਿਸ ਦੀ ਹਾਜ਼ਰੀ ਦੇ ਲਈ ਖਾਲੀ ਕਰ ਦਿੱਤਾ। ਤਾਂ ਇਸ ਮੌਕੇ ਗੱਲਬਾਤ ਕਰਦਿਆਂ ਪੁਲਿਸ ਨੇ ਕਿਹਾ ਕਿ ਉਹਨਾਂ ਦੇ ਕੋਲ ਇੱਕ ਲੜਕੀ ਨੇ ਬਾਬੇ ਦੇ ਖਿਲਾਫ਼ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੇ ਕਾਰਵਾਈ ਕਰਦਿਆਂ ਬਾਬੇ ਨੂੰ ਕਾਬੂ ਕਰ ਲਿਆ ਤੇ ਉਸਦੇ ਖਿਲਾਫ਼ ਅਗਲੀ ਕਾਰਵਾਈ ਕਰਦਿਆਂ ਕੋਰਟ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਵੀ ਲੈ ਲਿਆ। ਤਾਂ ਹੁਣ ਰਿਮਾਂਡ ਦੇ ਦੌਰਾਨ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇੱਥੇ ਕਾਰਵਾਈ ਕੀਤੀ ਗਈ ਇੱਕ ਘਾਟ ਆ ਨਾਮਸਰ ਦੇ ਨਾਮ ਤੇ ਬਣੀ ਹੋਈ ਜਿਹੜੇ ਕਿ ਇੱਥੇ ਸੰਤ ਬਾਬਾ ਬਲਜਿੰਦਰ ਸਿੰਘ ਸੀ ਜਿਹੜੇ ਇੱਥੋਂ ਦੇ ਮੁਖੀ ਸੀ। ਸੋ ਕੱਲ੍ਹ ਸਾਨੂੰ ਪਤਾ ਲੱਗਿਆ ਵੀ ਉਹਨਾਂ 'ਤੇ ਕੋਈ ਬਹੁਤ ਹੀ ਗੰਭੀਰ ਜਿਹੜੇ ਦੋਸ਼ ਲੱਗੇ ਨੇ ਅਤੇ ਉਹਨਾਂ ਦੋਸ਼ਾਂ ਦੇ ਤਹਿਤ ਉਹ ਅੰਦਰ ਚਲੇ ਗਏ। ਉਹਨਾਂ 'ਤੇ ਪਰਚਾ ਦਰਜ ਹੋਇਆ ਵਾ ਅਤੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜਾ ਸਤਿਕਾਰ ਨੂੰ ਮੁੱਖ ਭਾਵਨਾ ਰੱਖਦੇ ਹੋਏ ਅੱਜ ਇੱਥੇ ਪਹੁੰਚੇ ਸੀ। ਸਾਡੇ ਨਾਲ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਆਪਣਾ ਪ੍ਰਚਾਰਕ ਨੇ ਸਰਬਤ ਸਿੰਘ ਜੀ ਅਤੇ ਹੋਰ ਵੀ ਉਹਨਾਂ ਦੇ ਨਾਲ ਮੈਨੇਜਰ ਸਾਹਿਬ ਇੱਥੇ ਹਾਜ਼ਰ ਆ ਬਾਕੀ ਦਲ ਪੰਥ ਵੱਲੋਂ ਅਸੀਂ ਹਾਜ਼ਰ ਆ ਮੇਰੇ ਨਾਲ ਜਿੱਥੇ ਗੁਰਦੀਪ ਸਿੰਘ ਨੇ ਅਗਵਾਲ ਸਿੰਘ ਨੇ ਸਤਨਾਮ ਸਿੰਘ ਨੇ ਇਹ ਸਾਰੇ ਮੇਰੇ ਨਾਲ ਸਿੰਘ ਨੇ ਅਤੇ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਇੱਥੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਸੀ ਵੀ ਉਹਨਾਂ ਦੀ ਕਿਸੇ ਪ੍ਰਕਾਰ ਦੀ ਕੋਈ ਬੇਅਦਬੀ ਨਾ ਹੋਵੇ ਜਾਂ ਉਹਨਾਂ ਦੀ ਸੇਵਾ ਸੰਭਾਲ ਨਾ ਹੋ ਸਕੇ। ਤਾਂ ਇਸ ਕਰਕੇ ਅੱਜ ਇੱਥੋਂ ਸਰੂਪ ਅਸੀਂ ਗੁਰਦੁਆਰਾ ਗੁਰੂਸਰ ਕੌਂਕੇ ਵਿਖੇ ਉੱਥੇ ਪਹੁੰਚਣ ਲੱਗੇ ਹਾਂ। ਪਾਲਕੀ ਖੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਿਹੜੇ ਉਹ ਸਾਡੇ ਕੋਲ ਨਾਲ ਆਏ ਹੋਏ ਆ। ਦੇਖੋ ਜੀ ਘਟਨਾਵਾਂ ਤਾਂ ਇਹ ਬਹੁਤ ਜ਼ਿਆਦਾ ਨਿੰਦਣਯੋਗ ਨੇ। ਇਹਦੇ ਵਿੱਚ ਇਹ ਵੀ ਆ ਕਿਤੇ ਨਾ ਕਿਤੇ ਸਾਡਾ ਜਿਹੜਾ ਸਮਾਜ ਆ ਉਹ ਵੀ ਗੰਧਲਾ ਹੈ ਕਿਉਂਕਿ ਸਾਡੇ ਲੋਕ ਜਦੋਂ ਇਹੋ ਜਿਹੇ ਸਥਾਨਾਂ 'ਤੇ ਆਉਂਦੇ ਨੇ ਘਟਨਾਵਾਂ ਵਾਪਰਦੀਆਂ ਨੇ ਲੰਬਾ ਲੰਬਾ ਸਮਾਜ ਚੱਲੀ ਜਾਂਦਾ ਹੈ ਜਦੋਂ ਫਿਰ ਹੋ ਜਾਂਦਾ ਫਿਰ ਅਸੀਂ ਰੌਲਾ ਪਾਉਂਦੇ ਹਾਂ ਵੀ ਅਸੀਂ ਪਹਿਲਾਂ ਹੀ ਥੋੜ੍ਹਾ ਜਿਹਾ ਸੁਚੇਤ ਹੋਈਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲੜ ਲਈਏ ਬਾਣੀ ਦੇ ਬਾਣੇ ਦੇ ਧਾਰਨੀ ਹੋਈਏ ਹਨਾ ਪ੍ਰਚਾਰਕ ਦਲ ਪੰਥ ਜਿਹੜੇ ਨੇ ਉਹ ਪ੍ਰਚਾਰ ਕਰਦੇ ਆ ਵੀ ਭਾਈ ਤੁਸੀਂ ਇਹਨਾਂ ਚੀਜ਼ਾਂ ਤੋਂ ਬਚੋ।
ਇਸ ਗੁਰਦੁਆਰਾ ਚਰਨ ਘਾਟ ਖਾੜਾ ਵਿਖੇ ਕੋਈ ਮਹਾਂਪੁਰਸ਼ ਜੀ ਦਾ ਕੋਈ ਵਿਵਾਦ ਹੋਣ ਕਾਰਨ ਸਾਡੀ ਡਿਊਟੀ ਲੱਗੀ ਸੀਗੀ ਜੀ ਗੁਰਦੁਆਰਾ ਗੁੰਸਰ ਪੌਂਕੇ ਤੋਂ। ਇੱਥੋਂ ਗੁਰੂ ਸਾਹਿਬ ਦੀ ਸੇਵਾ ਨਹੀਂ ਹੋ ਰਹੀ ਸੀ, ਇਸ ਕਰਕੇ ਪ੍ਰਸ਼ਾਸਨ ਨੇ ਅਤੇ ਹੋਰ ਸੰਗਤਾਂ ਨੇ ਦਫ਼ਤਰ ਐਗਜੀਬਿਸ਼ਨ ਨੂੰ ਸੰਪਰਕ ਕੀਤਾ ਜੀ, ਉਹਨਾਂ ਨੇ ਸਾਡੀ ਡਿਊਟੀ ਲਾਈ ਜੀ। ਇੱਥੋਂ ਚਾਰ ਗੁਰੂ ਸਾਹਿਬ ਦੇ ਸਰੂਪ ਅਤੇ ਕੁਛ ਸਪੀਕਾਂ ਨੇ ਜੀ, ਉਹ ਅਸੀਂ ਗੁਰਦੁਆਰਾ ਗੁੰਸਰ ਪੌਂਕੇ ਵਿਖੇ ਬੜੀ ਮਰਿਆਦਾ ਦੇ ਨਾਲ ਲਿਆ ਅਤੇ ਗੁਰਦੁਆਰਾ ਚਰਨ ਘਾਟ ਨੂੰ ਇੱਥੋਂ ਪੂਰੀ ਤਰ੍ਹਾਂ ਖਾਲੀ ਕਰਤਾ ਜੀ ਗੁਰੂ ਸਾਹਿਬ ਦੇ ਸਰੂਪਾਂ ਤੋਂ। ਹਾਂਜੀ, ਗੁਰੂ ਸਾਹਿਬ ਦਾ ਇੱਥੇ ਕੋਈ ਸਰੂਪ ਨਹੀਂ ਗਾ ਜੀ, ਨਾ ਹੀ ਇੱਥੇ ਕੋਈ ਗੁਰਦੁਆਰਾ ਸਾਹਿਬ ਆ ਜੀ, ਨਾ ਕੋਈ ਸਪੀਕ। ਸਾਡੇ ਕੋਲ ਕੱਲ੍ਹ ਕੰਪਲੇਂਟ ਆਈ ਸੀ ਲੇਡੀ ਵੱਲੋਂ ਜਿਹੜੀ ਅਸੀਂ ਦੇ ਬਿਆਨਾਂ ਦੇ ਉੱਤੇ ਜਿਹੜੀ ਐਫ ਆਈ ਆਰ ਅੰਡਰ ਸੈਕਸ਼ਨ 69 ਅਤੇ 351 ਆਫ ਬੀ ਐਨ ਐਸ ਦਰਜ ਕੀਤੀ ਹੈ ਜੀ। ਐਫ ਆਈ ਆਰ ਦਰਜ ਕਰਕੇ ਅਸੀਂ ਜਿਹੜਾ ਕੰਸਰਨ ਅਕਿਊਜ਼ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਜੀ। ਅਤੇ ਉਸ ਤੋਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਦੇ ਜਿਹੜੇ ਮਹਾਰਾਜ ਦੇ ਸਰੂਪ ਸੀਗੇ ਉਹ ਵੀ ਇੱਥੋਂ ਹੁਣ ਭੇਜੇ ਗਏ ਕਿਤੇ ਹੋਰ? ਅਸੀਂ ਇੱਥੇ ਜਦੋਂ ਕ੍ਰਾਈਮ ਸੀਨ ਵਿਜਿਟ ਕਰਨ ਆਏ ਸੀਗੇ, ਜਿਹੜੇ ਕੰਸਰਨਡ ਇੱਥੇ ਸੇਵਾਦਾਰ ਸੀਗੇ ਬਾਕੀ ਉਹਨਾਂ ਦੀ ਜਿਹੜੀ ਬਿਰਧ ਅਵਸਥਾ ਸੀਗਾ, ਉਹਨਾਂ ਨੇ ਸਾਡੇ ਕੋਲ ਦੱਸਿਆ ਵੀ ਜਿਹੜੇ ਅਸੀਂ ਹੈਗੇ ਗੁਰੂ ਸਾਹਿਬ ਦੀ ਸੇਵਾ ਕਰਨ ਦੇ ਸਮਰੱਥ ਨਹੀਂ ਗੇ, ਉਮਰ ਸਾਡੀ ਜ਼ਿਆਦਾ ਜੀ। ਤਾਂ ਅਸੀਂ ਜਿਹੜਾ ਕੰਸਰਨਡ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇਗੇ, ਉਹਨਾਂ ਦਾ ਰਾਬਤਾ ਕਾਇਮ ਕੀਤਾ। ਉਹ ਜਿਹੜੇ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਦੁਆਰਾ ਸਾਹਿਬ ਪੋਥੀਆਂ 'ਤੇ ਜਿਹੜੇ ਸੀ ਜਾਂ ਹੋਰ ਕੰਸਰਨਡ ਲਿਟਰੇਚਰ ਸੀਗਾ ਉਹ ਸਾਰਾ ਇੱਥੋਂ ਮਰਿਆਦਾ ਤਹਿਤ ਲੈ ਗਏ।